ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਨੁਮਾਇੰਦੇ ਪਟਿਆਲਾ ਨਿਵਾਸੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਮੁੱਚੇ ਹੀ ਸੰਤ ਮਹਾਂਪੁਰਸ਼, ਕਿਉਂਕਿ ਸਟੇਜ ਤੋਂ ਸਾਰਿਆਂ ਦਾ ਵਾਰੀ ਵਾਰੀ ਨਾਮ ਬੋਲਿਆ ਜਾ ਰਿਹਾ ਅਤੇ ਜਿਨ੍ਹਾਂ ਦਾ ਨਹੀਂ ਬੋਲਿਆ ਉਹ ਵੀ ਦੁਬਾਰਾ ਬੋਲਿਆ ਜਾਵੇਗਾ। ਜਿਹੜੀ ਵੀ ਦੇਸ਼ ਵਿਦੇਸ਼ ਤੋਂ ਮੇਰੀ ਆਵਾਜ਼ ਸੁਣ ਰਹੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਮੈਂ ਗੱਜ ਕੇ ਫਤਿਹ ਗਜਾਉਂਦਾ, ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ। ਅਤੇ ਜਿਹੜਾ ਬੁੱਢਾ ਦਲ ਦਾ ਸਥਾਪਨਾ ਦਿਵਸ, ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ, ਜਿਵੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬੁੱਢਾ ਦਲ ਨੂੰ ਸ਼੍ਰੀ ਨਾਂਦੇੜ ਸਾਹਿਬ ਦੀ ਪਾਵਨ ਧਰਤੀ 'ਤੇ, ਕਿਉਂਕਿ ਇਹ ਬੁੱਢਾ ਦਲ ਜਿਹੜਾ ਹੈ ਉਹਦਾ ਆਪਾਂ ਸਥਾਪਨਾ ਦਿਵਸ ਮਨਾ ਰਹੇ ਹਾਂ, ਬੁੱਢਾ ਦਲ ਦੀ ਗੱਲ ਕਰਨੀ ਹੈ। ਅਤੇ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ, ਅਤੇ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਸਾਹਿਬ ਦੀ ਧਰਤੀ 'ਤੇ ਪਹੁੰਚੇ ਅਤੇ ਉਹਨਾਂ ਨੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਆਪਾਂ ਸਾਰਿਆਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਵੇਰੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਬੁੱਢਾ ਦਲ ਪਬਲਿਕ ਸਕੂਲ ਵਿਖੇ ਪਾਏ ਗਏ। ਅਤੇ ਉਪਰੰਤ ਜਿਹੜਾ ਲਾਈਵ PTC ਪੰਜਾਬੀ ਜਿਹੜਾ ਸਾਰੇ ਦੇਸ਼ਾਂ ਦੇ ਵਿੱਚ ਕਾਫੀ ਕੰਟਰੀਆਂ ਦੇ ਵਿੱਚ ਚੱਲਦਾ ਹੈ, ਸੋ ਇਹ ਤੁਹਾਨੂੰ ਸਵੇਰੇ 10:30 ਵਜੇ ਤੋਂ ਲੈ ਕੇ ਲਾਈਵ ਪ੍ਰੋਗਰਾਮ ਜਿਹੜਾ ਦਿਖਾਇਆ ਜਾ ਰਿਹਾ ਹੈ। ਸਿੱਖ ਚੈਨਲ 'ਤੇ ਵੀ ਇਹ ਪ੍ਰੋਗਰਾਮ ਲਾਈਵ ਦਿਖਾਇਆ ਜਾ ਰਿਹਾ ਹੈ। ਸੋ ਮੈਂ ਗੱਲ ਕਰ ਰਿਹਾ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਲੜੀਵਾਰ ਜਿਹੜੇ ਸਾਰੇ ਹੀ ਜਥੇਦਾਰ ਸਾਹਿਬਾਨਾਂ ਦੇ ਨਾਮ, ਜਿਹੜੇ ਸਰਦਾਰ ਭਗਵਾਨ ਸਿੰਘ ਜੀ ਜੌਲ ਅਤੇ ਬਾਬਾ ਤਰਸੇਮ ਸਿੰਘ ਜੀ ਮੋਰਾਂ ਵਾਲੀ, ਜਿਨ੍ਹਾਂ ਦਾ ਢਾਡੀ ਜਥਾ ਸ਼੍ਰੋਮਣੀ ਢਾਡੀ ਜਥਾ ਹੈ, ਉਹਨਾਂ ਨੇ ਵੀ ਤੁਹਾਨੂੰ ਬੁੱਢਾ ਦਲ ਦੇ ਇਤਿਹਾਸ ਬਾਰੇ ਪੂਰਾ ਚੜ੍ਹਦੀ ਕਲਾ ਦੇ ਨਾਲ ਜਾਣੂ ਕਰਵਾਉਣਾ ਹੈ। ਸੋ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਨਾਲ ਹੀ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਅਤੇ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੂੰ ਬਾਬਾ ਵਿਨੋਦ ਸਿੰਘ ਜੀ ਅਤੇ ਪੰਜ ਸਿੰਘਾਂ ਦੀ ਤਾਬਿਆ ਜਿਹੜਾ ਦੇ ਕੇ ਉਹਨਾਂ ਨੂੰ ਬਾਬਾ ਵਿਨੋਦ ਸਿੰਘ ਨੂੰ ਇੱਕ ਨਿਸ਼ਾਨ ਅਤੇ ਇੱਕ ਨਗਾਰਾ, ਜਿਹੜਾ ਨਿਸ਼ਾਨ ਸਾਹਿਬ ਸਾਹਮਣੇ ਬਾਬਾ ਜੀ ਖੜ੍ਹੇ ਦਰਸ਼ਨ ਜਿਹਦੇ ਕਰ ਰਹੇ ਹੋ ਤੁਸੀਂ, ਇਹ ਨਿਸ਼ਾਨ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਵਿਨੋਦ ਸਿੰਘ ਜੀ ਨੂੰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ, ਮਾਤਾ ਗੁਜਰ ਕੌਰ ਜੀ ਦਾ ਬਦਲਾ ਲੈਣ ਵਾਸਤੇ, ਅਤੇ ਜਿਵੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਅਤੇ ਹਿੰਦੁਸਤਾਨ ਦੇ ਵਿੱਚ ਵਿਚਰਦੇ ਸੀ, ਉਵੇਂ ਹੀ ਮਹਾਰਾਜ ਨੇ ਹੁਕਮ ਕੀਤਾ ਤੁਸੀਂ ਸਾਹਿਬਜ਼ਾਦਿਆਂ ਦਾ ਬਦਲਾ ਲੈ ਕੇ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਉੱਥੇ ਜਿੱਥੇ ਇਹ ਸਰਹੰਦ ਜਿਹਨੂੰ ਆਪਾਂ ਫਤਿਹਗੜ੍ਹ ਸਾਹਿਬ ਕਹਿੰਦੇ ਹਾਂ, ਉੱਥੇ ਉਸ ਕਿਲ੍ਹੇ ਨੂੰ, ਉਹ ਧਰਤੀ ਨੂੰ ਪੁੱਠੇ ਕਰਨਾ ਹੈ। ਉੱਥੇ ਜਿਹੜੇ ਹੈ ਇਹ ਜਿਹੜੀ ਇੱਕ ਇੱਕ ਇੱਟ ਹੋਊਗੀ ਉਹਦੀ ਸਤਲੁਜ ਦਰਿਆ ਦੇ ਵਿੱਚ ਜਿਹੜਾ ਮੇਰਾ ਗੁਰਸਿੱਖੂ ਸਿੱਖ ਜਿਹੜਾ ਉਹਦੇ ਵਿੱਚ ਸੁੱਟੂਗਾ ਉਹ ਜਨਮ ਮਰਨ ਤੋਂ ਰਹਿਤ ਹੋਵੇਗਾ। ਇਹ ਜਿਹੜੇ ਪੁਰਾਣੇ ਬਚਨ ਜਿਵੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੇ ਨਾਲ, ਜਿਵੇਂ ਬਾਬਾ ਮਿਤ ਸਿੰਘ ਜੀ ਹਜ਼ੂਰ ਸਾਹਿਬ ਨਾਂਦੇੜ, ਜਿਹੜੀ ਬੁੱਢਾ ਦਲ ਦੀ ਛਾਉਣੀ ਹੈ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ,
ਉੱਥੋਂ ਦੇ ਮੁੱਖ ਜਥੇਦਾਰ ਜਿਹੜੇ ਸੀ ਬੁੱਢਾ ਦਲ ਦੇ ਮੁਖੀ ਸਿੰਘਾਂ ਦੇ ਵਿੱਚੋਂ ਬਾਬਾ ਮਿਤ ਸਿੰਘ ਜੀ ਅਤੇ ਬਾਬਾ ਧਰਮ ਸਿੰਘ ਜੀ, ਉਹ ਸੁਣਾਇਆ ਕਰਦੇ ਸੀ ਬ੍ਰਹਮ ਗਿਆਨੀ ਜੀ। ਉਹਨਾਂ ਦੀ ਸੰਗਤ ਸਿੰਘ ਸਾਹਿਬ ਸੱਚਖੰਡ ਵਾਸੀ ਜਥੇਦਾਰ ਬਾਬਾ ਸੰਤਾ ਸਿੰਘ ਜੀ ਹੋਰਾਂ ਨੇ ਉਹਨਾਂ ਤੋਂ ਵਿੱਦਿਆ ਹਾਸਲ ਕੀਤੀ। ਉਹ ਸੁਣਾਇਆ ਕਰਦੇ ਸੀ ਬਾਬਾ ਜੀ, ਬਾਬਾ ਮਿਤ ਸਿੰਘ ਜੀ ਹੋਰਾਂ ਦੇ, ਬਾਬਾ ਧਰਮ ਸਿੰਘ ਜੀ ਹੋਰਾਂ ਦੇ ਜਿਹੜੇ ਮੁਖਾਰਬਿੰਦ ਦੇ ਪਵਿੱਤਰ ਬਚਨ। ਅਤੇ ਆਪਾਂ ਗੱਲ ਕਰ ਰਹੇ ਸੀ ਪੰਥ ਪ੍ਰਕਾਸ਼ ਦੀ। ਪੰਥ ਪ੍ਰਕਾਸ਼ ਦੇ ਵਿੱਚ ਬੁੱਢਾ ਦਲ ਦਾ ਅਤੇ ਜਿਹੜੇ ਬੁੱਢਾ ਦਲ ਨੇ, ਪਹਿਲੇ ਬੁੱਢਾ ਦਲ ਦੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਉਹਨਾਂ ਤੋਂ ਬਾਅਦ ਦੂਸਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਹੋਏ ਨੇ। ਬੁੱਢਾ ਦਲ ਦੇ 10 ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਹੋਏ ਨੇ। ਅਤੇ ਬੁੱਢਾ ਦਲ ਕੋਲ 1920 ਤੱਕ ਜਿਹੜਾ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਜਿਹੜਾ ਬੁੱਢਾ ਦਲ ਕੋਲ ਹੀ ਹੋਇਆ ਕਰਦਾ ਸੀ। 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1925 ਦੇ ਵਿੱਚ ਜਿਹੜਾ ਐਕਟ ਬਣਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ, ਸਭ ਤੋਂ ਪਹਿਲਾਂ ਜਿਵੇਂ ਬਾਬਾ ਤਰਸੇਮ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਬਾਬਾ ਹਨੂੰਮਾਨ ਸਿੰਘ ਜੀ, ਮੈਂ ਉਹਦੇ 'ਤੇ ਵੀ ਆਉਂਦਾ। ਤੀਸਰੇ ਜਥੇਦਾਰ ਬੁੱਢਾ ਦਲ ਦੇ ਨਵਾਬ ਕਪੂਰ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਬੁੱਢਾ ਦਲ ਦਾ ਨਾਮ ਬੁੱਢਾ ਦਲ ਰੱਖਿਆ, ਕਿਉਂਕਿ ਸਾਰੇ ਹੀ ਡਿਟੇਲ ਦੇ ਵਿੱਚ ਪਹਿਲਾਂ ਸਾਰੀ ਇਹ ਹਿਸਟਰੀ ਜਿਹੜਾ ਇਤਿਹਾਸ ਸੁਣਾਇਆ ਗਿਆ ਹੈ। ਬਾਬਾ ਜਿਹੜੇ ਅੰਬਾਲੇ ਵਾਲੇ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਵੀ ਵਿਸਥਾਰਪੂਰਵਕ ਜਿਹੜਾ ਚਾਨਣਾ ਪਾਇਆ। ਚੌਥੇ ਜਥੇਦਾਰ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਹੋਏ ਨੇ। ਚੌਥੇ ਜਥੇਦਾਰ ਬੁੱਢਾ ਦਲ ਦੇ ਬਾਬਾ ਨੈਣਾ ਸਿੰਘ ਜੀ। ਛੇਵੇਂ ਜਥੇਦਾਰ ਬੁੱਢਾ ਦਲ ਦੇ ਅਕਾਲੀ ਫੂਲਾ ਸਿੰਘ ਜੀ ਹੋਏ ਨੇ। ਸੱਤਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਛੱਕੇ ਛੁਡਾਏ। 30,000 ਫੌਜ ਜਿਹੜੀ ਮੁਦਕੀ ਦੇ ਜੰਗ, ਜਿਹੜੀ ਫਿਰੋਜ਼ਪੁਰ ਦੇ ਕੋਲ ਅੰਗਰੇਜ਼ਾਂ ਨੂੰ ਸੋਧਦੇ ਹੋਏ, ਜਿਨ੍ਹਾਂ ਨੇ ਇੱਥੇ ਪੜਾਅ ਕੀਤਾ। ਗੁਰਦੁਆਰਾ ਸ਼ਹੀਦਗੰਜ ਬਾਬਾ ਹਨੂੰਮਾਨ ਸਿੰਘ ਜੀ, ਛਾਉਣੀ ਬੁੱਢਾ ਦਲ ਪਟਿਆਲਾ ਵਿਖੇ। ਅਤੇ ਇੱਥੇ ਬੁੱਢਾ ਦਲ ਦੇ ਕੋਲ ਉਦੋਂ 80,000 ਫੌਜ ਸੀ। ਜਿਹੜਾ ਇੱਥੋਂ ਜੰਗ ਸ਼ੁਰੂ ਹੋਇਆ ਅੰਗਰੇਜ਼ਾਂ ਦੇ ਨਾਲ, ਇੱਥੋਂ ਕੜਾਮ, ਰਾਜਪੁਰਾ ਅਤੇ ਜਿਹੜਾ ਜਿਹੜਾ ਸੁਹਾਣਾ ਪਿੰਡ ਹੈ ਮੋਹਾਲੀ ਦੇ ਵਿੱਚ, ਉੱਥੇ ਜਾ ਕੇ ਜਿਹੜਾ ਸੀ ਇਹ ਜੰਗ ਸਮਾਪਤ ਹੋਇਆ। ਉਸ ਜਗ੍ਹਾ 'ਤੇ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਦਾ ਪਰਸੋਂ ਜਿਹੜਾ 3 ਤਰੀਕ ਨੂੰ ਜਨਮਦਿਨ ਵੀ, ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ, ਉਹਨਾਂ ਨੂੰ ਤੋਪ ਦਾ ਗੋਲਾ ਲੱਗਿਆ ਅਤੇ ਉੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 80,000 ਫੌਜ ਦੇ ਵਿੱਚੋਂ ਬੁੱਢਾ ਦਲ ਦੇ 4,000 ਸਿੰਘ, ਉਹ ਵੀ ਜ਼ਖਮੀ ਜਿਹੜੇ ਸੀ ਉਹ ਬਚੇ। ਅਤੇ 7ਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਤੋਂ ਬਾਅਦ 8ਵੇਂ ਜਥੇਦਾਰ ਬਾਬਾ ਪ੍ਰਹਲਾਦ ਸਿੰਘ ਜੀ ਹੋਏ ਨੇ। ਅਤੇ 9ਵੇਂ ਜਥੇਦਾਰ ਬਾਬਾ ਗਿਆਨ ਸਿੰਘ ਜੀ ਹੋਏ ਨੇ। 10ਵੇਂ ਜਥੇਦਾਰ ਬ੍ਰਹਮ ਸੂਪ ਬਾਬਾ ਤੇਜਾ ਸਿੰਘ ਜੀ। ਅਤੇ 11ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ। 12ਵੇਂ ਜਥੇਦਾਰ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ। ਅਤੇ 13ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਹੋਏ ਨੇ। ਅਤੇ ਹੁਣ ਤੁਹਾਡੀ ਸੇਵਾ ਜਿਹੜਾ 14ਵੀਂ ਜਗ੍ਹਾ 'ਤੇ ਮੈਂ ਨਿਭਾ ਰਿਹਾ, ਮੈਂ ਗੱਲ ਕਰ ਰਿਹਾ ਸੀ ਬੁੱਢਾ ਦਲ ਦੇ ਜਿਨ੍ਹਾਂ ਨੇ ਨਿਸ਼ਾਨ ਅਤੇ ਨਗਾਰਾ ਜਿਨ੍ਹਾਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਕੇ ਨੰਦੇੜ ਸਾਹਿਬ ਤੋਂ ਪੰਜਾਬ ਦੀ ਧਰਤੀ 'ਤੇ ਭੇਜਿਆ, ਉਹਨਾਂ ਹੀ ਨਿਸ਼ਾਨ ਨਗਾਰਿਆਂ ਦੀ ਤਾਬਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਹੁਣ ਤੱਕ ਜਿੰਨੀਆਂ ਵੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹ ਵਿਚਰਦੀਆਂ ਆ ਰਹੀਆਂ ਨੇ। ਕੋਈ ਵੀ ਮਹੱਲਾ ਹੁੰਦਾ ਜਾਂ ਪੰਜਾਬ, ਦਿੱਲੀ, ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ, ਸਾਡੀਆਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨਿਸ਼ਾਨ ਅਤੇ ਨਗਾਰਾ, ਜਿਹੜਾ ਰਣਜੀਤ ਨਗਾਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬੁੱਢਾ ਦਲ ਦੇ ਪਹਿਲੇ ਜਥੇਦਾਰ ਨੂੰ ਬਖਸ਼ਿਸ਼ ਕੀਤਾ ਸੀ। ਇਹ ਖਾਲਸਾ ਜੀ, ਗੱਲ ਕਰਦੇ ਆਪਾਂ, ਇਹ ਐਵੇਂ ਹੀ ਨਹੀਂ ਜਥੇਦਾਰੀਆਂ ਮਿਲਦੀਆਂ ਜਾਂ ਐਵੇਂ ਨਾਂ ਰੱਖ ਕੇ, ਕੋਈ ਵੀ ਜਥੇਬੰਦੀ ਨਹੀਂ ਕਦੇ ਵੀ ਬਣੀ ਅਤੇ ਨਾ ਬਣ ਸਕਦੀ ਹੈ। ਉਹਦੇ ਕੋਲ ਪੁਰਾਤਨ ਰਵਾਇਤ, ਪੁਰਾਤਨ ਮਰਿਆਦਾ, ਪੁਰਾਤਨ ਜਿਹੜੇ ਇਤਿਹਾਸਕ ਵਿਰਸੇ ਨੂੰ ਜਿਨ੍ਹਾਂ ਦੇ ਕੋਲ ਹੁੰਦੇ ਨੇ, ਉਹੀ ਜਥੇਬੰਦੀਆਂ, ਉਹੀ ਇਤਿਹਾਸਕ ਜਿਹੜੇ ਅਸਥਾਨ ਕਾਮਯਾਬ ਹੁੰਦੇ ਨੇ। ਮਨੋ
ਜਾਂ ਕੋਈ ਮਨ ਮਤ ਦੇ ਨਾਲ ਕਦੇ ਵੀ ਕੋਈ ਚੀਜ਼ ਬਣਾਇਆ ਕਾਮਯਾਬ ਨਹੀਂ ਹੁੰਦੀ। ਸੋ ਆਪਾਂ ਸਾਰਿਆਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਹੜਾ ਬੁੱਢਾ ਦਲ ਦਾ ਏ, ਕਿਉਂਕਿ ਸ਼ੁਰੂ ਤੋਂ ਲੈ ਕੇ ਜਦੋਂ 1699 ਦੀ ਵਿਸਾਖੀ ਤੋਂ ਖਾਲਸੇ ਪੰਥ ਦੀ ਸਾਜਨਾ ਹੋਈ ਅਤੇ ਜਦੋਂ ਬੁੱਢਾ ਦਲ ਦੇ ਚੌਥੇ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਬਣੇ, ਉਦੋਂ ਵੀ 1700 ਦੇ ਨੇੜੇ ਤੇੜੇ ਜਿਹੜਾ ਪਹਿਲੀ ਸਦੀ, ਦੂਸਰੀ ਸਦੀ, ਤੀਸਰੀ ਸਦੀ ਇਹ ਸਿੱਖਾਂ ਦੇ ਉੱਪਰ ਜਿਹੜੇ ਜਬਰ ਅਤੇ ਜ਼ੁਲਮ ਹੀ ਹੁੰਦੇ ਰਹੇ ਅਤੇ ਕਾਫੀ ਸਮੇਂ ਤੋਂ ਬਾਅਦ ਇਹ ਬੁੱਢਾ ਦਲ ਦਾ ਜਿਹੜਾ ਸਾਨੂੰ ਮੈਨੂੰ ਇਹ ਮਾਣ ਹੈ ਕਿ ਆਪਾਂ ਪਹਿਲੀ ਵਾਰੀ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਬੁੱਢਾ ਦਲ ਦਾ ਵੀ ਸਥਾਪਨਾ ਦਿਵਸ ਇਹ ਪਹਿਲੀ ਵਾਰੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਇਹ ਜਿਹੜਾ ਲਾਈਵ ਪ੍ਰੋਗਰਾਮ ਜਾਂ ਸਾਰੀਆਂ ਹੀ ਸੰਗਤਾਂ ਜਗ੍ਹਾ ਜਗ੍ਹਾ ਮਨਾਉਂਦੀਆਂ ਨੇ, ਪਰ ਸਾਨੂੰ ਨਿਹੰਗ ਸਿੰਘਾਂ ਨੂੰ ਇਹ ਪਹਿਲੀ ਵਾਰੀ ਬੁੱਢਾ ਦਲ ਨੂੰ ਖਾਸ ਕਰਕੇ ਇਹ ਮੌਕਾ ਮਿਲਿਆ ਤੁਹਾਡੇ ਦੇ ਸੰਗਤਾਂ ਦੇ ਵਿੱਚ ਜਿਹੜਾ ਪ੍ਰਚਾਰ ਕਰਨ ਦਾ। ਜਿਹੜਾ ਬੁੱਢਾ ਦਲ ਜਿਹੜਾ ਸ਼ੁਰੂ ਤੋਂ ਲੈ ਕੇ ਜਿਵੇਂ ਜਬਰ ਅਤੇ ਜ਼ੁਲਮ ਦਾ ਵੀ ਟਾਕਰਾ ਕਰਦਾ ਆ, ਜਿਹੜਾ ਹਰ ਸਮੇਂ ਸਿੱਖਾਂ ਦੀ, ਸਿੰਘਾਂ ਦੀ ਰਾਖੀ ਵਾਸਤੇ, ਸ਼੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਹੋਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਾਈ ਅਤੇ ਉਹਨਾਂ ਨੇ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਅਕਾਲੀ ਫੂਲਾ ਸਿੰਘ ਜੀ ਨੇ ਕਰਾਈ। ਜਦੋਂ ਮੱਸੇ ਰੰਗੜ ਨੂੰ ਸੋਧਿਆ ਗਿਆ ਉਦੋਂ ਵੀ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਉਹਨਾਂ ਨੇ ਬੁੱਢਾ ਜੋੜ ਤੋਂ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ ਹੋਰਾਂ ਨੂੰ ਭੇਜਿਆ। ਉਹਨਾਂ ਨੇ ਮੱਸੇ ਰੰਗੜ ਨੂੰ ਵੀ ਸੋਧਿਆ। ਸਤਿ ਸ਼੍ਰੀ ਅਕਾਲ। ਇਤਿਹਾਸ ਬਹੁਤ ਲੰਬਾ ਹੈ ਬੁੱਢਾ ਦਲ ਦੀਆਂ ਕੁਰਬਾਨੀਆਂ। ਕਾਬਲ, ਕੰਧਾਰ, ਸ਼੍ਰੀਨਗਰ ਅਤੇ ਜਿੱਥੇ ਤੁਸੀਂ ਦੇਖਦੇ ਹੋ ਦਿੱਲੀ ਜਾਂ ਹਿੰਦੁਸਤਾਨ ਦੇ ਵਿੱਚ ਬੁੱਢਾ ਦਲ ਨੇ ਅੱਜ ਤੱਕ ਪੰਜਾਬ ਸਰਕਾਰ ਵੀ ਜਿਹੜੀ ਕਾਬਲ, ਕੰਧਾਰ ਜਾਂ ਹਿੰਦੁਸਤਾਨ ਸਰਕਾਰ ਵੀ ਨਹੀਂ ਉੱਥੇ ਰਾਜ ਕਰ ਸਕੀ। ਅਫਗਾਨਿਸਤਾਨ ਤੱਕ ਇਸ ਬੁੱਢੇ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਝੰਡੇ ਚੁਲਾਏ। ਸਤਿ ਸ਼੍ਰੀ ਅਕਾਲ। ਅਤੇ ਮੁਲਤਾਨ ਦਾ ਜਿਹੜਾ ਕਿਲ੍ਹਾ ਉਹ ਫਤਿਹ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ, ਜਿਨ੍ਹਾਂ ਦੇ 100 ਸਾਲ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਰਾਜ ਕੀਤਾ। ਉਹਨਾਂ ਨੇ ਵੀ, ਕਿਉਂਕਿ ਬੁੱਢਾ ਦਲ ਦੇ ਜਿਹੜੇ 10 ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਏ ਨੇ, ਉਹਨਾਂ ਦੇ ਵਿੱਚੋਂ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਜਿਹੜੇ 6ਵੇਂ ਜਥੇਦਾਰ ਸੀ ਬੁੱਢਾ ਦਲ ਦੇ, ਉਹਨਾਂ ਦੇ ਵਿੱਚ ਇੰਨਾ ਹਿੰਮਤ ਸੀ, ਇੰਨਾ ਉਹਨਾਂ ਦਾ ਦਬਦਬਾ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਕੋਲਡਿਆਂ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੇ ਪ੍ਰਵਾਨ ਕੀਤੀ। ਸੋ ਮੈਂ ਤੁਹਾਡੇ ਵਿੱਚ ਬਹੁਤਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਤੋਂ ਖਿਮਾ ਦਾ ਜਾਚ ਕਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।